ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹਿੱਸੇ ਰੂਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ 16 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਜੋੜੇ ਨੂੰ ਕੀਤਾ ਜਾਵੇਗਾ ਡਿਪੂਟ ਲਗਾਈ ਮਦਦ ਦੀ ਗੁਹਾਰ ਆਸਟ੍ਰੇਲੀਆ ਸਰਕਾਰ ਨੇ ਦੇਸ਼ ਛੱਡਣ ਦੇ ਲਈ 30 ਸਤੰਬਰ 2022 ਦਾ ਸਮਾਂ ਦਿੱਤਾ ਹੈ ਧੋਖੇਬਾਜ਼ ਵਕੀਲਾਂ ਦੇ ਚੱਕਰ ਤੋਂ ਫਸੇ ਨਵਿੰਦਰ ਕੌਰ ਤੇ ਵਿਕਰਮ ਜੀਤ ਸਿੰਘ ਨੇ ਮਦਦ ਦੀ ਦੁਹਾਰ ਗੁਹਾਰ ਲਾਈ ਆ ਖਾਲਸਾ ਏਡ ਦੇ ਵਲੰਟੀਅਰ ਗੁਰਜਿੰਦਰਜੀਤ ਸਿੰਘ ਜੱਸੜ ਨੇ ਆਪਣੇ ਸਾਥੀਆਂ ਤੇ ਹੋਰ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸੰਜੋਗ ਨਾਲ ਪਟੀਸ਼ਨ ਦਾਰ ਕਰਨ ਦੇ ਲਈ 10 ਤੱਕ ਮੁਹਿੰਮ ਵੀ ਚਲਾਈ ਆ ਨਵਿੰਦਰ ਕੌਰ ਪੰਜਾਬ ਦੇ ਜਲੰਧਰ ਦੇ ਪਿੰਡ ਕੁੰਬੋਆ ਦੀ ਰਹਿਣ ਵਾਲੀ ਤੇ ਚੰਗੇ ਭਵਿੱਖ ਦੀ ਪੜ੍ਹਾਈ ਦੇ ਲਈ 2 ਫਰਵਰੀ 2007 ਨੂੰ ਪੰਜਾਬ ਤੋਂ ਆਸਟ੍ਰੇਲੀਆ ਆਈ ਸੀ ਅਗਲੀ ਵੱਡੀ ਖਬਰ ਹੈ ਜੀ ਹਰਿਆਣਾ ਦੇ ਅਕਾਲੀਆਂ ਨੇ ਛੱਡਿਆ ਬਾਦਲਾਂ ਦਾ ਸਾਥ ਪਾਰਟੀ ਦੇ ਵਿੱਚ ਪਰਿਵਾਰਵਾਦ ਹਾਵੀ ਹੋਣ ਦੇ ਲਾਏ ਦੋਸ਼ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਵਿਰੋਧ ਇੱਕ ਵਾਰ ਫਿਰ ਬਾਗੀ ਸੁਰ ਉੱਠਣੇ ਸ਼ੁਰੂ ਹੋ ਗਏ ਨੇ ਇਸ ਦੇ ਚੱਲਦਿਆਂ ਹਰਿਆਣਾ ਦੇ ਅਕਾਲੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਉਹਨਾਂ ਨੇ ਪਾਰਟੀ ਵਿੱਚ ਪਰਿਵਾਰਵਾਦ ਦਾ ਦੋਸ਼ ਲਾਉਂਦਾ ਕਿ ਸੁਖਬੀਰ ਬਾਦਲ ਦੀ ਮਰਜ਼ੀ ਤੋਂ ਬਿਨਾਂ ਅਕਾਲੀ ਦਲ ਦੇ ਵਿੱਚ ਇੱਕ ਪੱਤਾ ਵੀ ਨਹੀਂ ਹਿੱਲਦਾ ਦੋਸਤੋ ਜੇਕਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ 50 ਲੋਕਾਂ ਦੇ ਨਾਲ ਸ਼ੇਅਰ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਜੇ 350 ਦਾ ਲਾਈਕ ਏਮ ਹੈ ਜਲਦੀ ਜਲਦੀ ਪੂਰਾ ਕਰ ਦਿਓ ਹਰਿਆਣਾ ਦੇ ਅਕਾਲੀਆਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਅਕਾਲੀ ਦਲ ਤੇ ਹਾਵੀ ਬਾਦਲ ਪਰਿਵਾਰ ਨੇ ਹਰਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ ਹੈ ਮਨੀਸ਼ ਸਸੋਦੀਆ ਨੂੰ ਭਾਜਪਾ ਨੇ ਦਿੱਤਾ ਵੱਡਾ ਆਫਰ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਵਿੱਚ ਭ੍ਰਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਸੀਬੀਆਈ ਦੇ ਜਾਂਚ ਦੇ ਘੇਰੇ ਚ ਆਏ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਭਾਜਪਾ ਤੇ ਵੱਡਾ ਦੋਸ਼ ਲਾਇਆ ਉਹਨਾਂ ਨੇ ਕਿਹਾ ਭਾਜਪਾ ਨੇ ਉਹਨਾਂ ਨੂੰ ਆਪ ਤੋਂ ਤੋੜ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਆਫਰ ਦਿੱਤਾ ਹੈ ਸਸੋਦੀਆ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੇਰੇ ਕੋਲ ਇਹ ਸੰਦੇਸ਼ ਆਇਆ ਹੈ ਕਿ ਆਪ ਦਾ ਗੱਠ ਜੜ ਤੋੜ ਕੇ ਪਾਜਬਾ ਵਿੱਚ ਆ ਜਾਓ ਸਾਰੇ ਸੀਬੀਆਈ ਦੇ ਈਡੀ ਦੇ ਕੇਸ ਬੰਦ ਕਰਵਾ ਦੇਵਾਂਗੇ ਮੇਰਾ ਪਾਜਬਾ ਨੂੰ ਜਵਾਬ ਮੈਂ ਮਹਾਰਾਜਾ ਪ੍ਰਤਾਪ ਦਾ ਵੰਚ ਜਹਾਂ ਰਾਜਪੂਤਾਂ ਸਿਰ ਕਟਾਲ ਲਵਾਂਗਾ ਲੇਕਿਨ ਭ੍ਰਸ਼ਟਾਚਾਰੀਆਂ ਦੇ ਸਾਹਮਣੇ ਝੁਕਾਂਗਾ ਨਹੀਂ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਕਾਂਗਰਸੀ ਮੰਤਰੀ ਭਾਰਤ ਪੂਸ਼ਨਾ ਆਸ਼ੂ ਗ੍ਰਫਤਾਰ ਕਟਿੰਗ ਦੀ ਦੁਕਾਨ ਤੋਂ ਕੀਤਾ ਗਿਆ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਕਾਂਗਰਸੀ ਫੂਡ ਤੇ ਸਪਲਾਈ ਮੰਤਰੀ ਭਾਰਤ ਪੂਸ਼ਨਾ ਆਸ਼ੂ ਨੂੰ ਗ੍ਰਫਤਾਰ ਕਰ ਲਿਆ ਹੈ ਸਾਬਕਾ ਕਾਂਗਰਸੀ ਮੰਤਰੀ ਨੂੰ ਲੁਧਿਆਣਾ ਦੇ ਇੱਕ ਸਲੂਨ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਗ੍ਰਿਫਤਾਰੀ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਜੀ ਟੀਮ ਕੋਲੇ ਕੋਈ ਕਾਗਜ਼ ਨਹੀਂ ਸੀ ਸਿਰਫ ਗ੍ਰਿਫਤਾਰੀ ਦੀ ਧੱਕੇ ਚਾਈ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ ਨੂੰ ਗ੍ਰਿਫਤਾਰ ਕਰਨ ਲਈ ਪੂਜੀ ਮੌਕੇ ਤੇ ਮੌਜੂਦ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਸਦਾ ਜੰਮ ਕੇ ਵਿਰੋਧ ਕੀਤਾ ਵਿਜੀਲੈਂਸ ਨਾਲ ਖੇਪੜ ਗਏ ਉਹਨਾਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਗ੍ਰਿਫਤਾਰੀ ਦੇ ਕਾਗਜ਼ਤ ਵਿਖਾਉਣ ਲਈ ਕਿਹਾ ਉਹਨਾਂ ਨੇ ਵਿਜੀਲੈਂਸ ਦਫ਼ਤਰ ਕੇਰਨ ਦੀ ਚੇਤਾਵਨੀ ਵੀ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ 2000 ਕਰੋੜ ਰੁਪਏ ਦੇ ਟੈਂਡਰਾਂ ਵਿੱਚ ਧੋਖਾਧੜੀ ਦਾ ਮਾਮਲਾ ਹੈ ਹਾਈ ਕੋਰਟ ਨੇ ਵੀ ਉੱਧਰ ਰਾਹਤ ਨਹੀਂ ਦਿੱਤੀ ਪੰਜਾਬ ਦੇ 317 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਤੋਂ ਮਿਲੇਗੀ ਇੱਕ ਪੈਨਸ਼ਨ ਪੰਜਾਬ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਲਾਗੂ ਹੋਣ ਦੇ ਚੱਲਦੇ ਆ ਪੰਜਾਬ ਦੇ 300 17 ਸਾਬਕਾ ਵਿਧਾਇਕਾਂ ਨੂੰ ਇਸ ਮਹੀਨੇ ਇੱਕ ਪੈਨਸ਼ਨ ਮਿਲੇਗੀ ਮਾਨ ਸਰਕਾਰ ਨੇ ਪਾਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਬਣਾ ਕੇ ਪੰਜਾਬ ਤੇ ਪਿਆ ਭਾਰੀ ਬੋਝ ਘਟਾ ਦਿੱਤਾ ਹੋਵੇ ਪਰ ਹਕੀਕਤ ਹੈ ਕਿ 16ਵੀਂ ਵਿਧਾਨ ਸਭਾ ਚ ਪਹਿਲੀ ਵਾਰ ਸਭ ਤੋਂ ਵੱਧ ਸਾਬਕਾ ਵਿਧਾਇਕ ਇੱਕ ਪੈਨਸ਼ਨ ਲੈਣਗੇ 16ਵੀਂ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਨਵੇਂ ਵਿਧਾਇਕ ਚੁਣ ਕੇ ਵਿਧਾਨ ਸਭਾ ਚ ਪਹੁੰਚੇ ਨੇ 15ਵੀਂ ਵਿਧਾਨ ਸਭਾ ਤੱਕ ਵਿਧਾਇਕਾਂ ਦੀ ਗਿਣਤੀ 239 ਸੀ ਤਿੰਨ ਵਿਧਾਇਕਾਂ ਦੀ ਮੌਤ ਤੋਂ ਬਾਅਦ ਇਹ 236 ਰਹਿ ਗਈ ਸੀ ਹੁਣ ਇਸ ਦੇ ਵਿੱਚ 81 ਸਾਬਕਾ ਵਿਧਾਇਕਾਂ ਦੀ ਗਿਣਤੀ ਜੁੜ ਗਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਦੇ ਚੱਲਦਿਆਂ ਸਾਬਕਾ ਦਿੱਗਜ ਵਿਧਾਨ ਸਭਾ ਦੀ ਪੌੜੀ ਹੀ ਨਹੀਂ ਚੜ ਸਕੇ ਸਦੂ ਮੂਸੇਵਾਲਾ ਦੇ ਬੈਨ ਕੀਤੇ ਗਏ ਗੀਤ ਨੂੰ ਲੈ ਕੇ ਐਸਵਾਈਐਲ ਨੂੰ ਲੈ ਕੇ ਸਰਕਾਰਾਂ ਨੇ ਦਿੱਤਾ ਜਵਾਬ ਪੰਜਾਬੀ ਗਾਇਕ ਸਦੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਾਰੀ ਐਸਵੀਐਸਵਾਈਐਲ ਗੀਤ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆਈ ਹੈ ਜੀ ਜਾਣਕਾਰੀ ਮੁਤਾਬਕ ਇਸ ਗੀਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੇ ਪਾਬੰਦੀ ਨਹੀਂ ਲਾਈ ਇਸ ਗੱਲ ਦਾ ਖੁਲਾਸਾ ਸਦੂ ਮੂਸੇਵਾਲਾ ਦੇ ਫੈਨ ਵੱਲੋਂ ਆਰਟੀ ਦਾ ਰਾਹੀ ਕੀਤਾ ਗਿਆ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਰਹਿੰਦਾ ਹੈ ਕਾਰਾ ਖੜੀਆਂ ਕਰਨ ਨੂੰ ਲੈ ਕੇ ਕਾਂਗਰਸੀ ਲੀਡਰਾਂ ਚ ਤੂੰ ਤੂੰ ਮੈਂ ਮੈਂ ਰਾਜਾ ਵੜਿੰਗ ਦੀ ਕਾਲੀ ਮਰਡਰ ਸੀਰੀਜ਼ ਨੂੰ ਵੇਖ ਕੇ ਪ੍ਰਤਾਪ ਬਾਜਵਾ ਹੋਏ ਲੋਹਾ ਲਾਖਾ ਪੰਜਾਬ ਕਾਂਗਰਸ ਦੇ ਵਿੱਚ ਕਾਰਾ ਗੜੀਆਂ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਿਆ ਪਾਮਲਾ ਮਾਮਲਾ ਇੰਨਾ ਵੱਧ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤਾਂ ਰੁਸ ਕੇ ਕਾਂਗਰਸ ਭਵਨ ਤੋਂ ਚਲੇ ਗਏ ਸਮਗਰੋਂ ਪੰਜਾਬ ਕਾਂਗਰਸ ਦੇਵ ਪ੍ਰਦਾਨ ਰਾਜਵੜਿੰਗ ਮਾਮਲੇ ਨੂੰ ਸੰਭਾਲਦੇ ਨਜ਼ਰ ਆਏ ਪਰ ਉਸ ਵੇਲੇ ਤੱਕ ਕਾਂਗਰਸ ਦਾ ਤਮਾਸ਼ਾ ਮੀਡੀਆ ਦੇ ਸਾਹਮਣੇ ਆ ਚੁੱਕਾ ਸੀ ਪੰਜਾਬ ਕਾਂਗਰਸ ਨੇ ਵਿਜੀਲੈਂਸ ਹੈੱਡਕੁਆਰਟਰ ਦਾ ਘਰਾਉ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਲੜਾਈ ਹੋ ਗਈ ਦਿਲਚਸਪ ਗੱਲ ਇਹ ਰਹੀ ਕਿ ਲੜਾਈ ਸਿਰਫ ਚੰਡੀਗੜ੍ਹ ਕਾਂਗਰਸ ਭਵਨ ਨੂੰ ਵਾਹਨਾਂ ਨੂੰ ਦਾਖਲ ਨਾ ਹੋਣ ਤੇ ਹੋਈ ਜਿਸ ਤੋਂ ਪੜਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਧਰਨੇ ਵਿੱਚ ਸ਼ਮੂਲੀਅਤ ਕੀਤੇ ਬਿਨਾਂ ਹੀ ਕਾਂਗਰਸ ਭਵਨ ਤੋਂ ਵਾਪਸ ਘਰੋ ਘਰੀ ਪਰਤ ਗਏ ਦਰਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਲੇ ਰੰਗ ਦੀ ਮਰਸੀਡੀਜ਼ ਕਾਰ ਕਾਂਗਰਸ ਭਵਨ ਦੇ ਅੰਦਰ ਖੜੀ ਸੀ ਪ੍ਰਤਾਪ ਬਾਜਵਾ ਜਿਸ ਗੱਲ ਤੋਂ ਨਰਾਜ ਸਨ ਜੇਕਰ ਉਹਨਾਂ ਦੀ ਕਾਰ ਨਹੀਂ ਆ ਸਕਦੀ ਤਾਂ ਪਾਰਟੀ ਮੁਖੀ ਦੀ ਕਾਰ ਕਿਵੇਂ ਆ ਗਈ ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਦੇ ਨਾਲ ਲਿਖੇ ਜਾਣਗੇ ਤਿੰਨ ਸ਼ਹਿਰਾਂ ਦੇ ਨਾਂ ਤੈਅ ਹੋਇਆ ਨਵਾਂ ਨਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਦੇ ਨਾਂ ਹੁਣ ਤਿੰਨ ਸ਼ਹਿਰ ਮੁਹਾਲੀ ਚੰਡੀਗੜ੍ਹ ਤੇ ਪੰਚਗੋਲਾ ਦੇ ਨਾਂ ਵੀ ਲਿਖੇ ਜਾਣਗੇ ਪਰ ਇਸ ਨੂੰ ਐਮਸੀਪੀ ਲਿਖਿਆ ਜਾਵੇਗਾ ਐਮ ਦਾ ਮਤਲਬ ਮੋਹਾਲੀ ਸੀ ਦਾ ਚੰਡੀਗੜ੍ਹ ਤੇ ਪੀ ਦਾ ਪੰਚਕੁਲਾ ਹੁਣ ਇਸ ਦਾ ਨਵਾਂ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਐਮਸੀਪੀ ਹੋਵੇਗਾ ਹੁਣ ਚੰਡੀਗੜ੍ਹ ਹਵਾਈ ਅੱਡੇ ਨੂੰ ਕਿਹਾ ਜਾਵੇਗਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਐਮਸੀਬੀ ਹਰਿਆਣਾ ਪੰਜਾਬ ਨੇ ਸਹਿਮਤੀ ਜਤਾਈ ਹੈ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲੇ ਜਾਵੇਗਾ ਪ੍ਰਸਤਾਵ ਭਾਰਤ ਚੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਦੇਣ ਦੀ ਲੋੜ ਨਹੀਂ UGC ਦੇਸ਼ ਦੀਆਂ ਯੂਨੀਵਰਸਿਟੀਆਂ ਤੇ ਉੱਚ ਵਿਦਿਅਕ ادارے ਆਪਣੇ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਚ ਵਿਦੇਸ਼ੀ ਵਿਦਿਆਰਥੀਆਂ ਲਈ 25% ਦੀ ਵਾਧੂ ਸੀਟਾਂ ਰੱਖਣਗੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਵੀ ਨਹੀਂ ਦੇਣੀ ਪਵੇਗੀ ਪੀਐਮ ਮੋਦੀ ਦਾ ਦੌਰਾ ਚੰਡੀਗੜ੍ਹ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਗਿਆ ਜੀ ਡਿਪਟੀ ਕਮਿਸ਼ਨਰ ਅਮਿਤ ਤੱਲਵਾਰ ਨੇ सीआरपीसी ਦੀ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਨੇ ਮੈਡੀ ਸਿਟੀ ਜਿੱਥੇ ਪ੍ਰਧਾਨ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਨੇ ਉਸ ਦੇ ਆਲੇ ਦੁਆਲੇ ਦੇ 2 ਕਿਲੋਮੀਟਰ ਖੇਤਰ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਗਿਆ ਜੀ ਹੁਕਮ 24 ਅਕਤੂਬਰ ਤੱਕ ਲਾਗੂ ਰਹਣਗੇ ਸੂਬੇ ਦੇ ਵਿੱਚ ਸੰਭਾਵਿਤ ਅਤਿਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸ਼ਰਾਬ ਫੈਕਟਰੀ ਨੂੰ ਲੈ ਕੇ ਪੁੱਛੇ ਸਵਾਲ ਦਾ ਕੈਬਨਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਗੋਲ ਮੋਲ ਜਵਾਬ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕੁਟਾਰੀਆ ਦੇ ਗ੍ਰਹਿ ਵਿੱਚ ਪਹੁੰਚੇ ਪੱਤਰਕਾਰਾਂ ਵੱਲੋਂ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਕਲਾ ਵਿਖੇ ਬਾਣੀ ਮਾਲਬੋਰਸ ਸ਼ਰਾਬ ਫੈਕਟਰੀ ਨਾਲ ਸੰਬੰਧਿਤ ਸਵਾਲ ਕੀਤਾ ਗਿਆ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਫੌਜਾ ਸਿੰਘ ਨੇ ਸ਼ਰਾਬ ਫੈਕਟਰੀ ਇਕੱਤਰ ਨਾਲ ਆ ਕੇ ਬੈਠੇ ਲੋਕਾਂ ਨੂੰ ਸਲਾਹ ਦਿੱਤੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਉਹਨਾਂ ਨੇ ਕਿਹਾ ਜੀ ਸਾਡੇ ਮੁੱਖ ਮੰਤਰੀ ਦਾ ਕਿਸੇ ਪਾਰਟੀ ਦੇ ਜਾਤ ਪਾਤ ਨਾਲ ਕੋਈ ਸਮਾਂਦਰੀ ਉਹਨਾਂ ਨੇ ਸਾਰੇ ਲੋਕ ਬਰਾਬਰ ਨੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸ਼ਰਾਬ ਫੈਕਟਰੀ ਸਰਕਾਰ ਵੱਲੋਂ ਤੈਅ ਕੀਤੇ ਗੇ ਮਾਪ ਡੰਡਾ ਨੂੰ ਪੂਰਾ ਨਹੀਂ ਕਰਦੀ ਤਾਂ ਉਸ ਦੇ ਖਿਲਾਫ ਕਾਰਵਾਈ ਲਾਜ਼ਮੀ ਹੈ ਆਸ਼ੂਦੀ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਵਿੱਚ ਪਿਆਰ ਰੋਲਾ ਸੜਕਾਂ ਤੇ ਉਤਰੇ ਸਮਰਥਕ ਬੀਬੀਆਂ ਵੱਲੋਂ ਨਾਅਰੇਬਾਜ਼ੀ ਸ਼ਹਿਰ ਦੀਆਂ ਬੀਬੀਆਂ ਵੱਲੋਂ ਲਗਾਤਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਭਾਰਤਪੂਸ਼ਣਾ ਸਾਨੂੰ ਸੈਲੂਨ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਹੈ ਸੁਪਰੀਮ ਕੋਰਟ ਵੱਲੋਂ ਪੰਜਾਬ ਹਰਿਆਣਾ ਨੂੰ ਕੱਗਰ ਵਿੱਚ ਹੜ੍ਹ ਰੋਕਣ ਸੰਬੰਧੀ ਸਿਫਾਰਿਸ਼ਾਂ ਲਾਗੂ ਕਰਨ ਦੇ ਹੁਕਮ ਕੱਗਰ ਦਰਿਆ 'ਚ ਹੜ੍ਹਾਂ ਦੀ ਸਮੱਸਿਆ ਸੁਲਝਾਉਣ ਲਈ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਕੇਂਦਰੀ ਜਲ ਅਤੇ ਊਰਜਾ ਖੋਜ ਸਟੇਸ਼ਨ ਪੂਨੇ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੋਵੇਂ ਸੂਬਿਆਂ ਦੇ ਕਰੀਬ 25 ਪਿੰਡਾਂ ਨੂੰ ਕਸਾਨ ਕੱਗਰ ਦਰਿਆ ਤੋਂ ਆਉਂਦੇ ਹੜ ਕਾਰਨ ਪ੍ਰਭਾਵਿਤ ਹੁੰਦੇ ਨੇ ਸੂਬਾ ਸਰਕਾਰਾਂ ਨੂੰ ਸਬੰਧਤ ਢੰਗ ਦੇ ਨਾਲ ਪੂਨੇ ਸਟੇਸ਼ਨ ਦੀ ਅਦਾਨ ਰਿਪੋਰਟ ਮੁਤਾਬਕ ਸਿਫਾਰਸ਼ਾਂ ਨੂੰ ਲਾਗੂ ਕਰਨਾ ਚਾਹੀਦਾ ਤਾਂ ਜੋ ਕੱਗਰ ਦਰਿਆ ਤੋਂ ਆਉਂਦੇ ਹੜਾਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ ਹੁਣ ਮਾਰਕਫੈਡ ਦੀ ਹੋਵੇਗੀ ਘਰ ਘਰ ਆਟਾ ਪਹੁੰਚਾਉਣ ਦੀ ਜ਼ਿੰਮੇਵਾਰੀ ਜੀਪੀਐਸ ਅਤੇ ਕੈਮਰਿਆਂ ਵਾਲੇ ਵਾਹਨ ਕਰਨਗੇ ਡਿਲੀਵਰੀ 1 ਅਕਤੂਬਰ ਤੋਂ 스마트 ਕਾਰਡ ਧਾਰਕਾਂ ਨੂੰ ਆਟਾ ਘਰ ਘਰ ਪਹੁੰਚਾਉਣ ਦੀ ਸਕੀਮ ਸ਼ੁਰੂ ਹੋ ਜਾਵੇਗੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਹਰ ਮਹੀਨੇ 75000 ਮੀਟਰਕ ਟਨ ਆਟਾ ਘਰ ਘਰ ਪਹੁੰਚਾਇਆ ਜਾਵੇਗਾ ਜੀਪੀਐਸ ਅਤੇ ਕੈਮਰਿਆਂ ਵਾਲੇ ਵਾਹਨ 스마트 ਕਾਰਡ ਧਾਰਕਾਂ ਦੇ ਘਰਾਂ ਤੱਕ ਆਟਾ ਪਹੁੰਚਾਉਣਗੇ ਇਸ ਨੂੰ ਤੋਲਣ ਵਾਲੀ ਮਸ਼ੀਨ ਵੀ ਵਿੱਚ ਹੀ ਲੱਗੀ ਹੋਵੇਗੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜੇਲ੍ਹ ਦੇ ਵਿੱਚ ਚੱਲ ਰਹੀ ਬਦਮਾਸ਼ੀ ਹਵਾਲਾਤੀਆਂ ਨੇ ਫੋਨ ਕਰਕੇ ਆਪਣੇ ਹੀ ਸਾਥੀਆਂ ਦੇ ਪਰਿਵਾਰਾਂ ਤੋਂ ਮੰਗੀ ਫਰौती ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਚ ਕੈਦੀਆਂ ਤੇ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਕੈਦੀਆਂ ਨੇ ਆਪਣੇ ਸਾਥੀਆਂ ਦੇ ਪਰਿਵਾਰਾਂ ਨੂੰ ਫੋਨ ਕਰਕੇ ਫਰौती ਮੰਗਣੀ ਸ਼ੁਰੂ ਕਰ ਦਿੱਤੀ ਹੈਰਾਨੀ ਦੀ ਗੱਲ ਤਾਂ ਇਹ ਕਿ ਕੈਦੀਆਂ ਨੇ ਆਪਣੇ ਹੀ ਸਾਥੀਆਂ ਨੂੰ ਜੇਲ੍ਹ ਵਿੱਚ ਨਿਸ਼ਾਨਾ ਬਣਾਇਆ ਹੈ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜ਼ਿਲ੍ਹੇ ਵਿੱਚ ਬੰਦ ਮੂਗਾ ਜੇਲੇ ਦੇ ਦੋ ਹਵਾਲਾਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਪੁਲਿਸ ਨੂੰ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਹੋਇਆ ਜਿਸ ਤਰ੍ਹਾਂ ਹੀ ਉਹਨਾਂ ਨੇ ਫਰौती ਮੰਗੀ ਸੀ ਇਸ ਮਾਮਲੇ 'ਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰੀਡੈਂਟ ਵੱਲੋਂ ਆਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਹਾਂ ਹਵਾਲਾਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਔਰਤਾਂ ਦੇ ਲਈ 7 ਦਸੰਬਰ ਤੋਂ 10 ਦਸੰਬਰ ਤੱਕ ਹੋਵੇਗੀ ਆਰਮੀ ਅਗਨੀਵੀਰ ਭਰਤੀ ਰੈਲੀ ਆਰਮੀ ਅਗਨੀਵੀਰ ਭਰਤੀ ਰੈਲੀ ਕੇਵਲ ਮਹਿਲਾਵਾਂ ਲਈ ਭਰਤੀ ਆਰਮੀ ਪਬਲਿਕ ਸਕੂਲ ਮੇਜਰ ਜਨਰਲ ਜਿੰਦਰ ਸਿੰਘ ਸੈਪਰੋ ਰੋਡ ਜਲੰਧਰ ਕੈਂਟ ਚੋ 7 ਤੋਂ 10 ਦਸੰਬਰ ਤੱਕ ਯੋਗ ਉਮੀਦਵਾਰ ਅੰਮ੍ਰਿਤਸਰ ਗਰਦਾਸਪੁਰ ਪਠਾਨਕੋਟ ਲੁਧਿਆਣਾ ਮੋਗਾ ਰੂਪਨਗਰ ਐਸਐਸ ਨਗਰ ਹਸ਼ਿਆਰਪੁਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਤਰਨਤਾਰਨ ਬਠਿੰਡਾ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਬਰਨਾਲਾ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਮਾਨਸਾ ਮਰੇਲਕੋਟ ਲਾ ਦੇ ਨਾਲ ਸਬੰਧਤ ਉਮੀਦਵਾਰ ਲੜਕੀਆਂ ਦੀ ਕੀਤੀ ਜਾਵੇਗੀ ਕਾਰ ਸਵਾਰਾਂ ਲਈ ਅਹਿਮ ਖਬਰ ਸਫਰ ਦੌਰਾਨ 12 ਘੰਟੇ ਚੂ ਹੋਈ ਵਾਪਸੀ ਤਾਂ ਨਹੀਂ ਦੇਣਾ ਪਵੇਗਾ ਟੋਲ ਟੈਕਸ ਸੋਸ਼ਲ ਮੀਡੀਆ ਤੇ ਕਈ ਸੰਦੇਸ਼ ਵਾਇਰਲ ਹੁੰਦੇ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਸ਼ੇਅਰ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਕਈ ਵਾਰ ਉਹ ਵਾਇਰਲ ਹੋ ਰਹੇ ਮੈਸੇਜ ਚ ਕੋਈ ਸੱਚਾਈ ਨਹੀਂ ਹੁੰਦੀ ਇਹਨਾਂ ਨੇ ਕਈ ਵਾਰ ਗਲਤ ਮੈਸੇਜ ਵੀ ਤੁਹਾਨੂੰ ਵੱਡੇ ਨੁਕਸਾਨ ਚ ਪਾ ਦਿੰਦੇ ਨੇ ਅੱਜ ਇਹ ਇੱਕ ਵਿਅਕਤੀ ਨੂੰ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹਾਲ ਹੀ ਚ ਵਾਇਰਲ ਸੰਦੇਸ਼ ਚ ਕੇਂਦਰੀ ਮੰਤਰੀ ਦਾ ਹਵਾਲਾ ਦਿੰਦੇ ਕਹਿਆ ਗਿਆ ਕਿ ਜੇਕਰ ਕੋਈ ਯਾਤਰੀ 12 ਘੰਟੇ ਦੀ ਯਾਤਰਾ ਤੋਂ ਵਾਪਸ ਆਉਂਦਾ ਤਾਂ ਉਸ ਨੂੰ ਟੂਲ ਟੈਕਸ ਨਹੀਂ ਦੇਣਾ ਪਵੇਗਾ ਪਰ ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਦੇ ਸੰਦੇਸ਼ ਨਾਲ ਜੁੜੀ ਸੱਚਾਈ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਨਾ ਜੀ ਸੰਦੇਸ਼ ਨੂੰ ਝੂਠਾ ਦਿੱਤੀ ਕਿ ਜਾਣਕਾਰੀ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਨਾਂ ਤੇ ਦਿੱਤੀ ਗਈ ਹੈ ਸਰਕਾਰ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸ ਨੂੰ ਗਲਤ ਦਿੱਤਾ ਹੈ ਰੂਸ ਤੋਂ ਆਈ ਐਸਆਈਐਸ ਦਾਤਵਾਦੀ ਗ੍ਰਿਫਤਾਰ ਭਾਰਤ ਸਰਕਾਰ ਨਾਲ ਜੁੜੀਆਂ ਹਸਤੀਆਂ ਤੇ ਆਤਮਕਾਦੀ ਹਾਮਲੇ ਦੀ ਸਾਜ਼ਿਸ਼ ਰੂਸ ਤੋਂ ਸੋਮਵਾਰ ਨੂੰ ਇਸਲਾਮਿਕ ਸਟੇਟ ਦਾ ਇੱਕ ਫੈਦਾਇਨ ਨੂੰ ਗ੍ਰਫਤਾਰ ਕੀਤਾ ਗਿਆ ਜੀ ਇਹ ਗ੍ਰਫਤਾਰ ਰੂਸੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ ਏਜੰਸੀਆਂ ਦਾ ਦਾਵਾ ਹੈ ਕਿ ਆਤਮਕਾਤੀ ਹਮਲਾਵਰ ਭਾਰਤ ਵਿੱਚ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ ਉਸ ਦਾ ਨਿਸ਼ਾਨਾ ਹਾਕਮ ਤੇਰਦਿਆਗੂਸਨ ਰਿਪੋਰਟਾਂ ਮੁਤਾਬਕ ਰੂਸ ਦੀ ਸੰਘੀ ਸੁਰੱਖਿਆ ਸੇਵਾ ਐਫ ਐਸ ਬੀ ਨੇ ਪਬੰਦੀਸ਼ੂ ਦਾ ਆਈ ਐਸ ਦੇ ਇੱਕ ਮੈਂਬਰ ਨੂੰ ਗ੍ਰਫਤਾਰ ਕੀਤਾ ਮਾਦੇਸ਼ੀਆਈ ਦੇਸ਼ ਦਾ ਮੂਲ ਨਿਵਾਸੀ ਫੜੇ ਗਏ ਹੱਤਿਆਬਾਦੀ ਨੂੰ ਤੁਰਕੀ ਦੇ ਵਿੱਚ ਆਤਮਕਾਤੀ ਹਮਲਾ ਵਾਰਵਾਜੂ ਪ੍ਰਤੀ ਕੀਤਾ ਗਿਆ ਸੀ। ਮਾਂ ਬਣਨ ਦੌਰਾਨ ਹਰ ਗਰਭਵਤੀ ਔਰਤ ਸਨਮਾਨ ਦੀ ਹੱਕਦਾਰ ਦਿੱਲੀ ਹਾਈ ਕੋਰਟ ਦਿੱਲੀ ਹਾਈ ਕੋਰਟ ਨੇ ਅਗਵਾ ਤੇ ਕਤਲ ਦੀ ਕੋਸ਼ਿਸ਼ ਤੇ ਦੋਸ਼ਚੋ ਇੱਕ ਗਰਭਵਤੀ ਔਰਤ ਨੂੰ 3 ਮਹੀਨਿਆਂ ਦੀ ਅੰਤ੍ਰਮ ਜਮਾਨਤ ਦਿੱਤੀ ਇਹ ਟਿੱਪਣੀ ਕਰਦੇ ਹੋਏ ਕਿ ਹਰ ਗਰਭਵਤੀ ਔਰਤ ਨੂੰ ਸਵਧਾਨ ਦੇ ਅਨੁਸਾਰ ਜਨੇਪੇ ਦੌਰਾਨ ਦਿੱਤੇ ਗਏ ਸਨਮਾਨ ਦੀ ਹੱਕਦਾਰ ਹੈ। ਜਸਟਿਸ ਅਨੂਪ ਕੁਮਾਰ ਨੇ ਕਿਹਾ ਕਿ ਹਰਾਸਤੂ ਚ ਬੱਚੇ ਨੂੰ ਜਨਮ ਦੇਣਾ ਨਾ ਤਾਂ ਸਿਰਫ ਮਾਂ ਲਈ ਦੁੱਖਦਾਈ ਹੋਵੇਗਾ ਸਗੋਂ ਬੱਚੇ ਤੇ ਵੀ ਇਸ ਦਾ ਬੁਰਾ ਅਸਰ ਹੋਵੇਗਾ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੇ ਆਪ ਵਿਧਾਇਕ ਪਠਾਨ ਮਾਦਰਾਂ ਨੇ ਦਿੱਤੀ ਚੇਤਾਵਨੀ ਕਰਾਵਾਂਗਾ ਕਾਨੂੰਨੀ ਕਾਰਵਾਈ। ਉਹਨਾਂ ਨੇ ਕਿਹਾ ਜੀ ਉਹਨਾਂ ਨਾਲ ਜੋ ਹੋਇਆ ਕਿਸੇ ਨਾਲ ਵੀ ਹੋ ਸਕਦਾ ਹੈ। ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜੀ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ। ਉਹਨਾਂ ਨੇ ਕਿਹਾ ਜੀ ਪਾਰਟੀ ਪ੍ਰਧਾਨ ਐਮ ਐਲ ਏ ਤੇ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ ਜੇ ਮੇਰਾ ਕੋਈ ਕੈਰੀਅਰ ਨਹੀਂ ਹੈ ਪਠਾਨ ਮਾਜਰ ਨੇ ਕਿਹਾ ਪਰੀ ਪਤਨੀ ਨੇ ਮੇਰੇ ਨਾਲ ਜੋ ਕੀਤਾ ਉਸ ਨਾਲ ਮੈਂ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਅਦਾਲਤ ਵਿੱਚ ਲੈ ਕੇ ਜਾਵਾਂਗੇ ਜੋ ਮੇਰੇ ਨਾਲ ਹੋਇਆ ਕਿਸੇ ਨਾਲ ਵੀ ਹੋ ਸਕਦਾ ਹੈ ਫਿਰ ਮੈਂ ਪੁੱਛਾਂਗਾ ਹੁਣ ਕੀ ਕੀਤਾ ਜਾਵੇ ਪੀ ਐਮ ਮੋਦੀ ਦੇ ਮੋਹਾਲੀ ਦੌਰੇ ਦੀ ਸੁਰੱਖਿਆ ਦੀ ਨਿਗਰਾਨੀ ਸੀਐਮ ਮਾਨ ਖੁਦ ਕਰ ਰਹੇ ਨੇ 24 ਅਗਸਤ ਨੂੰ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਮੋਹਾਲੀ ਚ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ ਆ ਰਹੇ ਨੇ ਅੱਜ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੁਸ਼ਟੀ ਕਰਦਾ ਦੱਸਿਆ ਕਿ ਖੁਦ ਮੁੱਖ ਮੰਤਰੀ ਗ੍ਰਹਿ ਵਿਭਾਗ ਪੰਜਾਬ ਪੁਲਿਸ ਦੇ ਡੀਜੀਪੀ ਤੇ ਪ੍ਰਧਾਨ ਮੰਤਰੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਨੇ ਡਿਊਟੀ ਦੌਰਾਨ ਹੋਮਗਾਰਡ ਨੇ ਖੁਦ ਨੂੰ ਮਾਰੀ ਗੋਲੀ ਹਸਪਤਾਲ ਦੇ ਵਿੱਚ ਕਰਵਾ ਦਿੱਤਾ ਗਿਆ ਦਾਖਲ ਜੇਲ੍ਹ ਦੇ ਵਿੱਚ ਡਿਊਟੀ ਦੌਰਾਨ ਹੋਮਗਾਰਡ ਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ ਉਹ ਗੰਭੀਰ ਜ਼ਖਮੀ ਹੋ ਗਿਆ ਜੀ ਜਵਾਨ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋੜ ਵਿੱਚ ਦਾਖਲ ਕਰਵਾਇਆ ਗਿਆ ਜੀ ਕారణ ਦੇ ਕਾਰਨਾਂ ਦਾ ਹਾਲੇ ਪਤਾ ਹੀ ਨਹੀਂ ਲੱਗਾ ਨੈਸ਼ਨਲ ਟੈਸਟਿੰਗ ਏਜੰਸੀ ਲਵੇਗੀ ਪ੍ਰੀਖਿਆ ਮੈਰਿਟ ਤੋਂ ਆਉਣ ਵਾਲੇ 15000 ਵਿਦਿਆਰਥੀਆਂ ਨੂੰ ਮਿਲੇਗਾ ਲਾਭ ਇਹ ਏਜੰਸੀ ਜੈ ਤੇ ਐਨਈਟੀ ਦੀਆਂ ਪ੍ਰੀਖਿਆਵਾਂ ਨੂੰ ਆਯੋਜਨ ਕਰਦੀ ਹੈ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਯੋਗ ਹੋਣਗੇ ਉਹਨਾਂ ਦੀ ਪਰਿਵਾਰਕ ਆਮਦਨ 32 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ 10 ਸਤੰਬਰ ਤੱਕ ਸੰਘਰਸ਼ ਵਾਪਸ ਲੈਣ ਦਾ ਐਲਾਨ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਮੁਲਾਜ਼ਮਾ ਨੇ 10 ਸਤੰਬਰ ਤੱਕ ਕਿਸੇ ਵੀ ਤਰ੍ਹਾਂ ਦੇ ਦਰਨੇ ਦਾ ਫੈਸਲਾ ਵਾਪਸ ਲੈ ਲਿਆ ਜੀ ਮੁਲਾਜ਼ਮਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ 10 ਸਤੰਬਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਵੀਰਵਾਰ ਨੂੰ ਮੁਲਾਜ਼ਮਾ ਵੱਲੋਂ ਸਮੂਹੀ ਪਰਛੁੱਟੀ ਤੇ ਰਹਿਣ ਦਾ ਫੈਸਲਾ ਕੀਤਾ ਗਿਆ ਸੀ ਪਰ ਅਗਲੇ ਦਿਨ ਸਰਕਾਰ ਨੇ ਮੁਲਾਜ਼ਮਾਂ ਦੀ ਮੀਟਿੰਗ ਬੁਲਾ ਲਈ ਅਤੇ 15 ਜੂਨ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਚੋਂ ਕੀਤੀ ਗਈ ਕਟੌਤੀ ਨੂੰ ਵਾਪਸ ਲੈਂਦਾ ਫੈਸਲਾ ਕੀਤਾ ਪਰ ਹਲੇ ਤੱਕ ਵਾਪਸ ਲਈ ਨਹੀਂ ਰੁਜ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਉੱਚ ਸਿੱਖਿਆ ਦੇ ਵੱਡੇ ਸੁਧਾਰ ਸ਼ੁਰੂ ਮੀਤ ਹੇਰ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਕਿਹਾ ਹੈ ਕਿ ਸਿੱਖਿਆ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਭ ਤੋਂ ਤਰਜੀਹੀ ਵਿਸ਼ਾ ਸਕੂਲ ਉੱਚ ਮੈਡੀਕਲ ਤੇ ਤਕਨੀਕੀ ਸਿੱਖਿਆ ਚਾਰੋਂ ਖੇਤਰਾਂ ਨੂੰ ਪਰ ਪ੍ਰਮੁਖਤਾ ਦਿੱਤੀ ਇਸੇ ਲੜੀ ਤਹਿਤ ਸਿੱਖਿਆ ਖੇਤਰ ਚ ਵੱਡੇ ਸੁਧਾਰਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਨੌਜਵਾਨਾਂ ਨੂੰ ਦੁਸ਼ਤ ਦੇ ਵਿੱਚ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ ਸੁਮਿਤ ਹੇਰ ਨੇ ਅੱਜ ਵੱਡਾ ਐਲਾਨ ਕੀਤਾ ਜੀ ਅੱਜ ਸੁਮਿਤ ਹੇਰ ਹਰਿਆਤ ਬਹਾਰਾ ਯੂਨੀਵਰਸਿਟੀ ਮੁਹਾਲੀ ਵਿਖੇ ਐਸੋਸੀਏਸ਼ਨ ਆਫ ਅਨਐਡਿਡ ਕਾਲ ਟੂ ਟੀਚਰ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਉੱਚ ਸਿੱਖਿਆ ਦੇ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ ਪੋਚੇਰੀ ਸਿੱਖਿਆ ਮੰਤਰੀ ਨੇ ਕਿਹਾ ਜੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਸੁਧਾਰਾਂ ਦੇ ਨਾਲ ਨਾ ਤਾਂ ਸਿਰਫ ਅਧਿਆਪਕਾਂ ਦਾ ਸ਼ੋਸ਼ਣ ਖਤਮ ਹੋਵੇਗਾ ਸਗੋਂ ਉੱਚ ਸਿੱਖਿਆ ਨੂੰ ਸਸਤੀ ਹੁਨਰ ਆਧਾਰਤ ਤੇ ਨੌਕਰੀਆਂ ਪ੍ਰਦਾਨ ਕਰਕੇ ਦੇਸ਼ ਨੂੰ ਹੀ ਰੋਜ਼ਗਾਰ ਦੇ ਕਾਬਲ ਬਨਾਇਆ ਜਾ ਸਕੇਗਾ। ਭਗਵੰਤ ਮਾਨ ਸਰਕਾਰ 5 ਮਹੀਨਿਆਂ 'ਚੋਂ ਭ੍ਰਸ਼ਟਾਚਾਰ ਦੇ ਖਿਲਾਫ ਐਕਸ਼ਨ ਅਫਸਰਾਂ ਮੰਤਰੀਆਂ ਸਣੇ 210 ਤੋਂ ਵੱਧ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਹਨ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਵਿਜੀਲੈਂਸ ਬਿਊਰੋ ਨੇ 25 ਅਗਸਟ ਤੋਂ 135 ਸਰਕਾਰੀ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਪ੍ਰਸ਼ੰਸ਼ਾ ਪ੍ਰਾਪਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਚੋਂ ਆਪ ਨੇ ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਦੇ ਇਹ ਪ੍ਰਮੁੱਖ ਮੰਤਰੀ ਇੱਕ ਚੋਟੀ ਦਾ ਆਈਐਸ ਅਧਿਕਾਰੀ ਤੇ ਇੱਕ ਆਈਐਫਸੀ ਅਧਿਕਾਰੀ ਤੇ ਪੰਜਾਬ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਚੱਕ ਲਿਆ ਹੈ ਅਕਾਲੀ ਦਲ ਬਾਦਲ ਦੇ ਸਭ ਤੋਂ ਕਰੀਬੀ ਆਗੂ ਵਿਧਾਨ ਸਭਾ ਚੋਣਾਂ ਦੌਰਾਨ ਦੋਨੋਂ ਪਾਰਟੀ ਨੂੰ 30-30 ਲੱਖ ਰੁਪਏ ਦਾ ਫੰਡ ਜਾਰੀ ਕਰ ਚੁੱਕੇ ਨੇ ਪੰਜਾਬ ਦੇ ਕੈਬਨਿਟ ਦੀ ਬੈਠਕ ਹੋਵੇਗੀ 25 ਅਗਸਤ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 25 ਅਗਸਤ ਦਿਨ ਵੀਰਵਾਰ ਨੂੰ ਹੋਣ ਜਾ ਰਹੀ ਹੈ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਵੇਗੀ ਇਸ ਦੀ ਅਗਵਾਈ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ ਬੂਟੇ ਨਾਲੇ ਦੀ ਮਾਰ ਗੁਰਦੁਆਰਾ ਸ੍ਰੀ ਗਊਕਾਟ ਸਾਹਿਬ ਨਹੀਂ ਰਿਹਾ ਪੀਨਜੁਗ ਪਾਣੀ ਬੁੱਡੇ ਨਾਲੇ ਕਾਰਨ ਪਾਣੀ ਗੰਦਾ ਹੋ ਗਿਆ ਸਰੋਵਰ ਦਾ ਪਾਣੀ ਵੀ ਪੀਣ ਵਾਲਾ ਪਾਣੀ ਵੀ ਗੰਦਾ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਚੈਨਲ ਤੇ ਪਾਈ ਸ਼ਾਰਟ ਵੀਡੀਓ ਨੂੰ ਦੇਖ ਸਕਦੇ ਹੋ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਲੁਧਿਆਣਾ ਸਣੇ ਵੱਡੇ ਸ਼ਹਿਰਾਂ ਚ ਰਿੰਗ ਰੋਡ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਵੱਡੇ ਸ਼ਹਿਰਾਂ ਚ ਪ੍ਰਦੂਸ਼ਣ ਅਤੇ ਜਾਮ ਤੋਂ ਰਾਹਤ ਦਿਵਾਉਣ ਦੇ ਲਈ ਰਿੰਗ ਰੋਡ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਮੰਤਰਾਲੇ ਮੁਤਾਬਕ ਕੁਝ ਸ਼ਹਿਰਾਂ ਵਿੱਚ ਕੰਮ ਸ਼ੁਰੂ ਹੋ ਗਿਆ ਬਾਕੀਆਂ 'ਚ ਜਲਦੀ ਹੋ ਜਾਵੇਗਾ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਐਕਸ਼ਨ ਵਿਦੇਸ਼ਾਂਜੂ ਪੀਆਰ ਜਾਂ ਗ੍ਰੀਨ ਕਾਰਡ ਹੋਲਡਰ ਅਫਸਰਾਂ ਤੇ ਪੁਲਿਸ ਵੱਲੋਂ ਸਿਕੰਜਾ ਅਤੇ ਮੁਲਾਜ਼ਮਾ ਤੇ ਸਿਕੰਜਾ ਕੱਸਿਆ ਜਾਵੇਗਾ ਸਾਰੇ ਵਿਭਾਗਾਂ ਨੂੰ ਪੱਤਰ ਲਿਖ ਕੇ ਅਜਿਹੇ ਮੁਲਾਜ਼ਮਾ ਦੇ ਅਧਿਕਾਰਕਾਂ ਦੇ ਵੇਰਵੇ ਵੇਰਵੇ ਹਾਸਲ ਕਰਨ ਲਈ ਕਿਹਾ ਜਿਨ੍ਹਾਂ ਨੇ ਸਰਕਾਰੀ ਅਹੁਦੇ ਤੇ ਤਨਾਇਟੀ ਦੌਰਾਨ ਹੀ ਪੀਆਰ ਹਾਸਲ ਕੀਤੀ ਜਾਂ ਗ੍ਰੀਨ ਕਾਰਡ ਹੋਲਡਰ ਹੋ ਗਏ ਨੇ ਪੰਜਾਬ ਸਰਕਾਰ ਵੱਲੋਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਕੇ ਸਿੰਘਲਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਮਜੀਠੀਆ ਨੇ ਸਾਬਕਾ ਸੀਐਮ ਚੰਨੀ ਤੇ ਲਾਇਆ ਵੱਡੇ ਦੋਸ਼। ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 3 ਮਹੀਨਿਆਂ 'ਚ 1000 ਕਰੋੜ ਰੁਪਏ ਦਾ ਘਟਾਲਾ ਹੋਇਆ ਹੈ। ਆਪ ਸਰਕਾਰ ਖਿਲਾਫ ਕਾਂਗਰਸ ਨੇ ਖੋਲਿਆ ਮੋਰਚਾ ਵਿਜੀਲੈਂਸ ਦਫ਼ਤਰ ਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ। ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਰਾਉ ਕੀਤਾ ਇਸ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਜੀ ਜਿਸ ਵੀ ਚੌਕਸੀ ਦੀ ਲੋੜ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਕਾਂਗਰਸ ਤੇ ਕਾਂਗਰਸੀ ਲੀਡਰ ਨੂੰ ਰੋਜ਼ਾਂ ਨਾਂ ਲੈ ਕੇ ਤੰਗ ਨਾ ਕਰੋ ਅਕਾਲੀ ਸਰਕਾਰ ਨੇ ਇਸ ਦਾ ਨਾਂ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਨਾਂ ਤੇ ਰੱਖਣ ਲਈ ਸੰਘਰਸ਼ ਕੀਤਾ ਬਾਦਲ ਨੇ ਵੱਡਾ ਬਿਆਨ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਵਲੇ ਬਹਾਦਰੀ ਵਾਲੇ ਸਟੈਂਡ ਅਤੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਸ਼ੁਰੂਆਤੀ ਕਾਰੋਬਾਰ ਸ਼ੇਅਰ ਬਾਜ਼ਾਰ ਡਿਗਾ ਸੈਕਸੈਂਸ ਸੈਸਕ ਕਰੀਬ 400 ਵੀ ਅੰਕ ਤੋੜ ਕੇ ਥੱਲੇ ਡਿੱਗ ਪਿਆ ਹੈ ਸੋ ਮਿਸ਼ਰਤ ਗਲੋਬਲ ਰੁਝਾਨਾਂ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਜਿਹੜਾ ਡਿੱਗ ਕੇ 420 ਅੰਕ ਸੈਨਸੈਕਸ 420 ਅੰਕ ਡਿੱਗ ਪਿਆ ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ ਆਦ ਦੇ ਸ਼ੇਰਾਂ ਵਿੱਚ ਤੇਜ਼ੀ ਰਹੀ ਇਸ ਵਿੱਚ ਸ਼ਾਮਲ ਪੰਜ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ਵਿੱਚ ਪਿਛਲੇ ਹਫਤੇ 30737.51 ਕਰੋੜ ਰੁਪਏ ਦੀ ਗਰਾਵਟਾਈ ਸੀ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ